ਜਿੱਥੇ ਇੱਕ ਪਾਸੇ ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਆ ਕੇ ਦਿਨ ਰਾਤ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਦੇਸ਼ ਵਾਸੀਆਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਸ਼ਿਆਰਪੁਰ ਦੇ ਇੱਕ ਨਜ਼ਦੀਕੀ ਪਿੰਡ ਬਜਵਾੜੇ 'ਚ ਪਿੰਡ ਵਾਸੀਆਂ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਦੇ ਹੀ ਇੱਕ ਘਰ 'ਚ ਰਹਿ ਰਹੇ ਪੁਲਿਸ ਮੁਲਾਜ਼ਮ ਨੂੰ ਘਰ ਤੋਂ ਬਾਹਰ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਪੁਲਿਸ ਮੁਲਾਜ਼ਮ ਸਮੇਤ ਹੋਰਨਾਂ ਦੋ ਵਿਅਕਤੀਆਂ ਦੀ ਵੀ ਕੁੱਟਮਾਰ ਕੀਤੀ ਗਈ ਹੈ, ਜਿਸ ਦੀ ਫੁਟੇਜ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਦੂਜੇ ਪਾਸੇ ਗੰਭੀਰ ਹਾਲਤ 'ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਵਾਰਦਾਤ ਜੀ, ਸਾਡੇ ਘਰ ਤੋਂ ਕੋਈ 1.5 ਕਿੱਲਾ ਥੋੜ੍ਹਾ ਜਿਹਾ ਹਟਮਾ ਹੈ, ਮੇਰਾ ਰਿਸ਼ਤੇਦਾਰ ਹੈ ਮਾਮਾ ਜੀ ਦਾ ਲੜਕਾ, ਉਹਨਾਂ ਦਾ ਝਗੜਾ ਹੋ ਰਿਹਾ ਸੀ। ਮੈਂ ਉੱਥੇ, ਮੈਨੂੰ ਉਹਨਾਂ ਦਾ ਫੋਨ ਆਇਆ ਕਿ ਵੀਰਾ ਜੀ, ਮੇਰੀ ਲੱਤ ਦੀ ਚੱਪਣੀ ਜਿਹੜੀ ਉਹ ਤੋੜ ਦਿੱਤੀ ਗਈ ਆ, ਤਾਂ ਕਿ ਤੁਸੀਂ ਆਣ ਕੇ ਮੈਨੂੰ ਹਸਪਤਾਲ ਲੈ ਜਾਓ। ਮੇਰੇ ਕੋਲ ਟਾਈਮ 20 ਨੋਟ ਹੈ ਉਸ ਵਕਤ ਫੋਨ ਦਾ, ਅਤੇ ਉਹਨਾਂ ਨੇ ਜਿੱਦਾਂ ਮੈਂ ਗਿਆ ਅਤੇ ਮੈਨੂੰ ਵੀ ਜਾਂਦੇ ਨੇ ਮੇਰੇ ਉੱਤੇ ਵੀ ਅਟੈਕ ਕਰ ਦਿੱਤਾ। ਅਟੈਕ ਕਰਨ ਦੇ ਬਾਅਦ ਮੇਰਾ ਲੜਕਾ ਸੀਗਾ ਉੱਥੇ ਥੋੜ੍ਹਾ ਜਿਹਾ ਪਿੱਛੇ ਖੇਤ ਦੇ ਵਿੱਚ, ਇਹ ਨੱਠਾ ਗਿਆ ਵੀ ਡੈਡੀ ਨੂੰ ਕੁੱਟਣ ਲੱਗ ਪਏ ਆ, ਅਤੇ ਇਹਦਾ ਵੀ ਬਹੁਤ ਬੁਰਾ ਹਾਲ ਕੀਤਾ, ਔਰ ਵਿੱਚੇ ਸਾਰਿਆਂ ਦਾ ਜਾਣੀ ਕਿ ਸਾਡਾ ਇੰਨਾ ਮੰਦਾ ਹਾਲ ਕੀਤਾ ਕਿ ਅਸੀਂ ਸੋਚ ਨਹੀਂ ਸਕਦੇ। ਲੜਾਈ ਸਾਡਾ ਉਹਨਾਂ ਦੀ ਲੜਾਈ ਨਾਲ ਸਾਡਾ ਕੋਈ ਕਿਸਾਨ ਨਹੀਂ ਸੀਗਾ, ਜਿਹੜੇ ਜਿਹਦੇ ਨਾਲ ਜਿਹਦੀ ਜਗ੍ਹਾ ਹੈਗੀ ਲੜਾਈ ਉਹਦੀ ਹੋਣੀ ਸੀ, ਸਾਡਾ ਤਾਂ ਕੋਈ ਵਿੱਚ ਰੋਲ ਨਹੀਂ ਸੀ। ਅਤੇ ਲੜਾਈ ਉਹਨਾਂ ਨੇ ਜਾਣ ਬੁੱਝ ਕੇ ਪਹਿਲੇ ਮੁਲਾਜ਼ਮ ਨਾਲ ਕੀਤੀ ਵੀ ਇਹ ਆਉਂਦਾ ਜਾਂਦਾ ਉਹਨਾਂ ਦੇ, ਫਿਰ ਨਾਲ ਹੀ ਉਹਨਾਂ ਨੇ ਮੇਰੇ ਉੱਤੇ ਅਟੈਕ ਕਰ ਦਿੱਤਾ, ਤਾਂ ਕਿ ਸਾਡੇ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਔਰ ਮੈਂ ਪੁਲਿਸ ਕੋਲ ਖੁਦ ਕਿਹਾ ਕੱਲ੍ਹ ਸਦਰ ਦੇ ਵਿੱਚ, ਇਹ ਸੱਚੋ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਨੂੰ ਪੂਰੀ ਤਰ੍ਹਾਂ ਕੋਖਿਆ ਜਾ ਰਿਹਾ ਹੈ। ਜੋ ਵੀ ਵਿਅਕਤੀ ਮੁਲਜ਼ਮ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੱਲ੍ਹ ਸਰ ਮੈਂ ਤਾਂ ਮੇਰੇ ਮਿਸੀ ਘਰ ਸਕੇ ਜੀ, ਮੇਰੀਆਂ ਦੋ ਬੇਟੀਆਂ ਆ, ਉਹ ਪਿੰਡ ਗਈਆਂ ਸੀ, ਪਿੰਡ ਬਾੜੀਆਂ ਕੱਲ੍ਹ ਜੀ। ਦੁਪਹਿਰੇ 10:30 ਮੇਰੇ ਘਰ ਦੀ ਬੈੱਲ ਵੱਜੀ, ਜਦੋਂ ਮੈਂ ਬਾਹਰ ਨਿਕਲਿਆ ਤਾਂ ਬਾਹਰ ਜਦੋਂ ਦੇਖਿਆ ਤਾਂ ਗੁਆਂਢੀਆਂ ਦੇ ਬੰਦੇ 25-30 ਬੰਦੇ ਬਦਮਾਸ਼ ਲੈ ਕੇ ਖੜ੍ਹੇ ਸੀ। ਜਦੋਂ ਹੀ ਮੈਂ ਗੇਟ ਖੋਲ੍ਹਿਆ ਉਹਨਾਂ ਨੇ ਮੈਨੂੰ ਜਾਨ ਲੇਵਾ ਮੇਰੇ 'ਤੇ ਹਮਲਾ ਕੀਤਾ ਜੀ। ਜਿੱਦਾਂ ਹੀ ਮੇਰੇ ਉਹਨੇ ਰੌੜਾ ਮਾਰੀਆਂ, ਸਾਰਾ ਕੁਛ ਕੀਤਾ, ਮੈਂ ਗਿਰ ਗਿਆ ਜੀ। ਮੈਨੂੰ ਨਹੀਂ ਪਤਾ ਲੱਗਿਆ ਉਹਨੇ ਕੀ ਕੀਤਾ, ਮੇਰੇ ਗੋਡੇ 'ਤੇ ਉਹਨੇ ਇੰਨੀ ਰੌੜ ਮਾਰੀ ਕਿ ਉਹਦੀ ਚੱਪਣੀ ਦੇ 2 ਹਿੱਸੇ ਹੋ ਗਏ, ਜਿਸ ਕਰਕੇ ਮੈਂ ਬੇਹੋਸ਼ੀ ਹਾਲਤ 'ਚ ਸੀ। ਮੇਰਾ ਛੋਟਾ 8 ਸਾਲ ਦਾ ਬੱਚਾ ਮੇਰੇ ਨਾਲ ਸੀਗਾ ਜੀ, ਤਾਂ ਉਹਨੇ ਬਹੁਤ ਰੌਲਾ ਪਾਇਆ, ਮੰਮੀ ਨੂੰ ਆਪਣੀ ਸੱਦ ਕੇ ਲਿਆਇਆ। ਮਿਸੀ ਮੇਰੇ ਆਏ ਤਾਂ ਉਹਨੇ ਹੈਲਪ ਦੀ ਜਾਣੀ ਗੁਹਾਰ ਕੀਤੀ ਵੀ ਮੇਰੇ ਘਰ ਨਹੀਂ ਬਚਾਓ, ਉਹ ਮੈਨੂੰ ਘੜੀਸ ਕੇ ਅੰਦਰ ਲੈ ਕੇ ਆਈ। ਭਾਅ ਜੀ ਇਹਨਾਂ ਦੇ ਇਹਨਾਂ ਕੀ ਗੱਲ ਆ, ਗਲੀ ਤੋਂ ਪਿਛਲੇ ਜਾਣੀ ਗੁਆਂਢੀਆਂ ਦਾ ਰੌਲਾ ਗਲੀ ਤੋਂ ਆ, ਉਹ ਸਾਡਾ ਕੋਈ ਰੌਲਾ ਨਹੀਂ ਹੈਗਾ ਜੀ। ਗਲੀ 'ਚ ਤਾਂ ਇਹ ਧੱਕਾ ਕਰ ਰਹੇ, ਪਹਿਲਾਂ ਵੀ ਬਦਮਾਸ਼ੀਆਂ ਇਹਨੇ ਕੀਤੀਆਂ ਆ, ਪਹਿਲਾਂ ਵੀ ਗੁੰਡੇ ਲੈ ਕੇ ਆਏ ਆ, ਸਾਰਾ ਕੁਛ ਕੀਤਾ ਆ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਸਾਫ਼ ਕੀਤਾ ਜਾਵੇ। ਹੁਣ ਪਟਿਆਲੇ ਦੇਖੋ, ਇੱਕ ਨਿਹੰਗ ਸਿੰਘਾਂ ਨੇ ਬਾਂਹ ਵੱਢ ਦਿੱਤੀ ਸੀ, ਸਰਕਾਰ ਨੇ ਉਹਦੇ ਲਈ ਕੀ ਕੁਛ ਨਹੀਂ ਕੀਤਾ। ਉਹਦੇ ਸੰਬੰਧ 'ਚ ਮੈਂ ਜਾ ਕੇ ਮੌਕਾ ਦੇਖਿਆ ਸੀ, ਕੱਲ੍ਹ ਮੈਂ ਡਿਊਟੀ ਅਫਸਰ ਤਨਾਤ ਸੀ ਇੱਥੇ, ਅਤੇ ਜਾ ਕੇ ਪੁੱਛਤਛ ਵੀ ਕੀਤੀ, CCTV ਕੈਮਰੇ ਦੀ ਫੁਟੇਜ ਦੇਖੀ। ਉਹਦੇ ਵਿੱਚ ਜਿਹੜਾ ਗੁਰਮੀਤ ਸਿੰਘ ਦਾ ਮੁੰਡਾ ਸੁਦੇਸ਼ ਆ,
ਉਹਦੇ ਇੱਕ ਆਪਣੇ ਗੁਆਂਢੀ ਮੁੰਡਾ ਹੈੱਡ ਕਾਂਸਟੇਬਲ ਸਾਡੇ ਉੱਥੇ ਜਹਾਨ ਫਿਰਨ ਲੱਗਾ ਅਤੇ ਉਹਦਾ ਨਾਂ ਹੈਗਾ ਗੁਲਬਰਗ। ਉਹਨਾਂ ਨੂੰ ਬੈੱਲ ਮਾਰ ਕੇ ਬਾਹਰ ਵਜਾ ਸੱਦਿਆ। ਸੱਦਣ ਤੋਂ ਬਾਅਦ ਵਿੱਚ ਉਹਨਾਂ ਦੀ ਕੋਈ ਗੱਲਬਾਤ ਹੋ ਰਹੀ ਹੈ ਮਾੜੀ ਮੋਟੀ, ਵੀ ਆਹ ਅਸੀਂ ਦੀਵਾਰ ਢਾ ਰਹੇ ਵੀ ਤੁਹਾਨੂੰ ਕੋਈ ਇੱਕ ਦੂਜੇ ਨਾਲ ਤਾਂ ਨਹੀਂ ਹੈਗਾ। ਉਹਨੇ ਕਿਹਾ ਵੀ ਮੈਂ ਇਹਦੇ ਬਾਰੇ ਸੱਤ ਵਾਰ ਨੂੰ ਪੁੱਛ ਰਹੀ ਨਾ ਜਿਹਨੇ ਦੀਵਾਰ ਕੀਤੀ ਸੀ, ਅਤੇ ਜਦ ਨੂੰ ਉਹਨਾਂ 'ਤੇ ਹਮਲਾ ਕਰਕੇ ਉਹਦੀ ਖੱਬੇ ਲੱਤ ਦੀ ਚਿੱਪਣੀ ਤੋੜਤੀ ਅਤੇ ਬਾਕੀ ਵੀ ਉਹਦੇ ਸੱਟਾਂ ਮਾਰੀਆਂ। ਉਹਦੇ ਬਿਹਾਫ 'ਤੇ ਆਪਾਂ ਰਿਪੋਰਟ ਦਰਜ ਕਰਤੀ ਹੈ 323 ਦੀ, ਅਤੇ ਉਹਦਾ 325 ਦਾ ਰਿਜ਼ਲਟ ਆਉਣ 'ਤੇ ਮੁਕੱਦਮਾ ਤਬਦੀਲ ਕੀਤਾ ਜਾਊਗਾ। ਉਹਦੇ ਰਿਸ਼ਤੇਦਾਰ ਉਹਨੂੰ ਚੱਕਣ ਆਏ ਸੀ, ਉਹਨਾਂ ਵਿਚਾਰੇ ਉਹ ਇਹਨੇ ਇੰਟੀਮੇਸ਼ਨ ਦਿੱਤੀ ਸੀ ਗੁਲਬਰਗ ਨੇ ਵੀ ਮੇਰੀ ਸੱਟ ਲੱਗ ਗਈ ਆ, ਮੈਨੂੰ ਹਸਪਤਾਲ ਲੈ ਜਾਓ। ਉਹਦੇ ਵਿੱਚ ਜੁੱਥੋਂ ਦਾ ਲੰਬੜਦਾਰ ਕਮਲੇਸ਼ ਅਤੇ ਉਹਦਾ ਮੁੰਡਾ ਰਾਜਕੁਮਾਰ ਗਏ ਅਤੇ ਇਹਨੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।